ਸਭੀ ਲੰਗਾ ਖੁੱਲਿਆ 1 ਸਾਲ ਪੂਰਾ ਹੋ ਗਿਆ ਹੈ ਕੀ ਕਹਿਣਾ ਚਾਹੁੰਗੇ ਪਰ ਤਾਂ ਪਰ ਇੱਕ ਸਾਲ ਬਾਅਦ ਦਾ ਲੰਗਾ ਬੰਦ ਪਿਆ ਹੈ ਦੇਖੋ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਇਹਨੇ ਏਸ਼ੀਆ ਖਿੱਤੇ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਇੱਕ ਮੀਲ ਪੱਥਰ ਸਾਬਤ ਹੋਣਾ ਔਰ ਹੋ ਵੀ ਰਿਹਾ ਸੀ ਕਿਉਂਕਿ ਦੋਨਾਂ ਹੀ ਮੁਲਕਾਂ ਦੇ ਚਾਹੇ ਪਾਕਿਸਤਾਨ ਹੈ ਚਾਹੇ ਹਿੰਦੁਸਤਾਨ ਹੈ ਦੋਨਾਂ ਹੀ ਮੁਲਕਾਂ ਦੇ ਜਿਹੜੇ ਲੋਕ ਹੈ ਉਹ ਅਮਨ ਚਾਹੁੰਦੇ ਹੈ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਦੋਨਾਂ ਹੀ ਮੁਲਕਾਂ ਦੀ ਜਿਹੜੀ ਇੰਟਰਨਲ ਪੋਲਿਟਿਕਸ ਹੈ ਉਹੀ ਜਿਹੜਾ ਮਾਮਲੇ ਨੂੰ ਜਿਹੜਾ ਹੈ ਬੁਗਾੜਨ ਦੇ ਲਈ ਜਿਹੜਾ ਉਹ ਜ਼ਦੋਜ਼ਾਦੀ ਕਰ ਰਹੀ ਹੈ ਐਸਾ ਹੋਣਾ ਨਹੀਂ ਚਾਹੀਦਾ ਕਿ ਜੇ ਦੋਨੋਂ ਹੀ ਮੁਲਕ ਸ਼ਾਂਤੀ ਸਥਾਪਿਤ ਕਰਨਾ ਚਾਹੁੰਦੇ ਆ ਭਾਰਤ ਵੀ ਸ਼ਾਂਤੀ ਸਥਾਪਿਤ ਕਰਨਾ ਚਾਹੁੰਦਾ ਹੈ ਹਿੰਦੁਸਤਾਨ ਵੀ ਸ਼ਾਂਤ ਪਾਕਿਸਤਾਨ ਵੀ ਸ਼ਾਂਤੀ ਚਾਹੁੰਦਾ ਹੈ ਤੇ ਉਹਦੇ ਲਈ ਕਰਤਾਰਪੁਰ ਕੋਰੀਡੋਰ ਜਿਹੜਾ ਹੈਗਾ ਇਹ ਬਿਹਤਰ ਵਿਕਲਪ ਹੈ ਤੇ ਇਹਨੂੰ ਬੰਦ ਕੀਤਾ ਹੈ ਬੇਸ਼ੱਕ ਕਰੋਨਾ ਮਹਾਂਮਾਰੀ ਕਾਰਨ ਬੰਦ ਕੀਤਾ ਗਿਆ ਸੀ ਪਾਕਿਸਤਾਨ ਵਾਲੇ ਪਾਸੇ ਇਹ ਖੋਲ ਦਿੱਤਾ ਗਿਆ ਲੇਕਿਨ ਭਾਰਤ ਸਰਕਾਰ ਨੇ ਅਜੇ ਵੀ ਇਹ ਲਾਂਘਾ ਜਿਹੜਾ ਉਹ ਖੋਲਿਆ ਨਹੀਂ ਹੈ ਗਦਕੇ ਧਾਰਮਿਕ ਸਥਾਨ ਜਿਹੜੇ ਆ ਤਕਰੀਬਨ ਸਾਰੇ ਭਾਰਤ ਦੇ ਅੰਦਰ ਖੁੱਲ ਚੁੱਕੇ ਆ ਤਾਂ ਕਿਤੇ ਨਾ ਕਿਤੇ ਹੁਣ ਕੋਰੀਡੋਰ ਨੂੰ ਬੰਦ ਰੱਖਣ ਦਾ ਜਿਹੜਾ ਹੈ ਉਹ ਮਤਲਬ ਨਹੀਂ ਬਣਦਾ ਹੈ ਤਾਂ ਕੋਰਤਾਰਪੁਰ ਕੋਰੀਡੋਰ ਜਿਹੜਾ ਹੈ ਭਾਰਤ ਸਰਕਾਰ ਨੂੰ ਬਿਨਾਂ ਦੇਰੀ ਕੀਤੇ ਖੋਲਣਾ ਚਾਹੀਦਾ ਤਾਂ ਕਿ ਭਾਰਤ ਦੇ ਲੋਕ ਕਿਉਂਕਿ ਦਰਸ਼ਨ ਕਰਨ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਸਿੱਖੀ ਨਹੀਂ ਜਾ ਰਹੇ ਪੂਰੇ ਭਾਰਤ ਦੇ ਲੋਕ ਜਿਹੜੇ ਉਹ ਜਾ ਰਹੇ ਐ ਹਿੰਦੂ ਵੀ ਜਾ ਰਹੇ ਐ ਸਾਰੇ ਜਾ ਰਹੇ ਐ ਤੇ ਇਹ ਲੰਗਾ ਖੋਲ ਕੇ ਭਾਰਤ ਸਰਕਾਰ ਨੂੰ ਵੀ ਖੁੱਲ੍ਹ ਦੇ ਲਈ ਦਾ ਜਿਹੜਾ ਸਬੂਤ ਆ ਉਹ ਦੇਣਾ ਚਾਹੀਦਾ ਜੇ ਤੁਸੀਂ ਗਏ ਸੀ ਇੱਕ ਸਾਲ ਹੋ ਗਿਆ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਤੁਹਾਡਾ ਕੋਈ ਉਧਰ ਵੀ ਮਿਲੇ ਉਧਰੇ ਮੁਲਕ ਦੇ ਲੋਕਾਂ ਨੂੰ ਮੇਰੇ ਬਹੁਤ ਵਧੀਆ ਜਦੋਂ ਇਧਰੋਂ ਭਾਰਤ ਤੋਂ ਜੱਥਾ ਜਾਂਦਾ ਹੈਗਾ ਕਰਤਾਰਪੁਰ ਕੋਰੀ ਰੋਡ ਦੇ ਰਾਹੀਂ ਉਧਰੋਂ ਪਾਕਿਸਤਾਨ ਦੇ ਲੋਕ ਆਉਂਦੇ ਐ ਦੋਨੇ ਮਿਲਦੇ ਐ ਗੱਲਾਂ ਸਾਂਝੀਆਂ ਕਰਦੇ ਐ ਤੇ ਕਿਤੇ ਨਾ ਕਿਤੇ ਮਨ ਵਿੱਚ ਜਿਹੜਾ মিডিਏ ਦਾ ਰਾਹੀਂ ਬੇਵਿਸ਼ਵਾਸ਼ੀ ਦਾ ਮਾਹੌਲ ਬਣਿਆ ਦੋਨਾਂ ਲੋਕਾਂ ਦੇ ਅੰਦਰ ਉਹ ਦੂਰ ਹੁੰਦਾ ਦੂਰ ਹੁੰਦਾ ਹੈ ਖਤਮ ਹੁੰਦਾ ਹੈ ਬਹੁਤ ਵਧੀਆ ਜਿਹੜਾ ਇਹ ਰੋਲ ਜਿਹੜਾ ਅਦਾ ਕਰ ਰਿਹਾ ਹੈ ਸ਼ਾਂਤੀ ਸਥਾਪਿਤ ਕਰਨ ਵਾਸਤੇ ਕਰਤਾਰਪੁਰ ਕੋਰੀਡੋਰ ਕਿਲਾ ਦੇ ਕਰਤਾਰਪੁਰ ਤੋਂ ਨਨਕਾਣਾ ਖੋਰ ਕੋਰਡੋਰ ਦੁਆਰਾ ਸਾਦੇ ਦਰਸ਼ਨ ਵੀ ਖੁੱਲਣ ਹੋਰ ਵੀ ਥੋੜਾ ਅੱਗੇ ਜਾ ਸਕਣ ਤਾਂ ਹੋਰ ਬਿਲਾ ਸਿੱਖਾਂ ਚ ਪਿਆਰ ਉੱਤੇ ਬਣ ਸਕਦਾ ਹੈ ਮੈਨੂੰ ਜਾਤੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਸੀ ਕਿ ਪਾਕਿਸਤਾਨ ਸਰਕਾਰ ਜਿਹੜੀ ਹੈ ਕਰਤਾਰਪੁਰ ਕੋਰੀਡੋਰ ਤੋਂ ਨਨਕਾਣਾ ਸਾਬ ਤੱਕ ਇੱਕ ਹਾਈਵੇ ਜਿਹੜਾ ਉਹ ਬਣਾ ਰਹੀ ਹੈ ਤੇ ਜਿੱਥੋਂ ਜਿਹੜਾ ਹੈਗਾ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਦਿਦਾਰੇ ਕਰਕੇ ਸਵੇਰੇ ਤੇ ਸ਼ਾਮ ਨੂੰ ਵਾਪਸ ਜਿਹੜਾ ਕਰਤਾਰਪੁਰ ਕੋਰੀਡੋਰ ਵਿਖੇ ਪਹੁੰਚਿਆ ਜਾ ਸਕੇ ਜੇ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਪਾਕਿਸਤਾਨ ਸਰਕਾਰ ਉਲੀਕਦੀ ਹੈ ਤੇ ਇਹ ਬਹੁਤ ਵਧੀਆ ਉਹਨਾਂ ਦਾ ਇੱਕ ਪ੍ਰੋਜੈਕਟ ਹੋਏਗਾ ਪਿਛਲੇ ਸਾਲ ਤੁਸੀਂ ਗਏ ਹੋ ਉਦੋਂ ਕਿਸ ਤਰ੍ਹਾਂ ਨਾਲ ਥੋੜੀ ਰਹੀ ਉੱਥੇ ਰਹੀ ਜੀ ਆ ਤੁਸੀਂ ਕਾਫੀ ਟਾਈਮ ਉੱਥੇ ਬਹੁਤ ਵਧੀਆ ਸੀ ਮੈਂ ਉਸ ਤੋਂ ਬਾਅਦ ਦੋ ਵਾਰੀ ਜਾ ਕੇ ਆਇਆ ਹਾਂ ਪਾਕਿਸਤਾਨ ਉਦੋਂ ਵੀ ਕਰਤਾਰਪੁਰ ਸਾਹਿਬ ਗਏ ਸੀ ਤੇ ਬੜਾ ਸ਼ਾਂਤਮਈ ਮਾਹੌਲ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਥਾਨ ਹੈ ਜ਼ਿੰਦਗੀ ਦਾ ਬਹੁਤ ਲੰਬਾਰਸਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ ਹੈ ਕੇਵਲ ਸਿੱਖਾਂ ਦੀ ਆਸਥਾ ਨਹੀਂ ਹੈ ਉਸ ਸਥਾਨ ਦੇ ਉੱਤੇ ਬਲਕਿ ਉਸ ਆਸੇ ਪਾਸੇ ਜਗ੍ਹਾ ਦੇ ਜਿਹੜੇ ਮੁਸਲਮਾਨ ਹੈ ਉਹ ਵੀ ਆਸਥਾ ਰੱਖਦੇ ਹਿੰਦੂ ਵੀ ਆਸਥਾ ਰੱਖਦੇ ਸਿੱਖ ਵੀ ਆਸਥਾ ਰੱਖਦੇ ਸਾਰਿਆਂ ਦਾ ਸਾਂਝਾ ਸਥਾਨ ਹੈ ਤੇ ਉਹ ਉਧਰਲੇ ਲੋਕ ਤਾਂ ਜਾਂਦੇ ਬੇ ਨੇ ਇਧਰਲੇ ਨਹੀਂ ਜਾ پا ਰਹੇ ਇਹੇ ਮੈਂ ਇਸ ਲਈ ਪਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਪਾਕਿਸਤਾਨ ਨੇ ਰਸਤਾ ਖੋਲ ਦਿੱਤਾ ਹੈ ਖੁੱਲ੍ਹ ਦੇ ਲਈ ਦਾ ਸਬੂਤ ਦਿੱਤਾ ਹੈ ਤੇ ਇਹਨਾਂ ਨੂੰ ਵੀ ਜਿਹੜਾ ਖੁੱਲ੍ਹ ਦੇ ਲਈ ਦਾ ਸਬੂਤ ਜਿਹੜਾ ਉਹ ਦੇਣਾ ਚਾਹੀਦਾ ਹੈ ਕਰਤਾਰਪੁਰ ਕੋਰੀਡੋਰ ਜਿੰਨੀ ਜਲਦੀ ਹੋ ਸਕੇ ਉਹ ਨੂੰ ਮੋੜ ਜਿਹੜਾ ਖੋਲਣਾ ਚਾਹੀਦਾ ਤਾਂ ਕਿ ਸੰਗਤ ਜਿਹੜੀ ਹੈ ਜਾਂ ਭਾਰਤ ਦੇ ਲੋਕ ਜਿਹੜੇ ਹੈ ਉਹ ਬੇਰੋਕ ਟੋਕ ਜਿਹੜੇ ਹੈ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਦੀਦਾਰੇ ਕਰ ਸਕਣ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਆ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਇਸ ਕਰਤਾਰਪੁਰ ਕੋਰੀਡੋਰ ਦਾ ਖੋਲਣਾ ਜਿਹੜਾ ਹੋਰ ਵੀ ਬਹੁਤ ਜ਼ਰੂਰੀ ਹੈ।